ਸਤਿ ਸ਼੍ਰੀ ਅਕਾਲ ਜੀ ਮੈਂ ਹਰਦੀਪ ਸਿੰਘ ਹਾਜ਼ਰ ਹਾਂ ਅੰਸ ਰਾਜ ਰੈਬਰ ਦੁਆਰਾ ਲਿਖਿਆ ਬਿਆ ਇਤਿਹਾਸ ਕਨਾਵਲ ਬੋਲੇ ਸੋਨਿਹਾਲ ਦਾ ਭਾਗ ਤੀਜਾ ਲੈ ਕੇ ਆਓ ਸ਼ੁਰੂ ਕਰਦੇ ਹਾਂ ਮੁੰਡੇ ਦਾ ਨਾਮ ਜੱਸਾ ਸਿੰਘ ਸੀ ਉਹ ਸੁਡੋਲ ਜੁੱਸੇ ਤੇ ਲੰਮੇ ਝੰਮੇ ਕਾਤਰਾਂ ਨੌਜਵਾਨ ਸੀ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਬਾਗ ਸਿੰਘ ਦੀ ਵੀ ਆਪਣੀ ਕੋਈ ਸੰਤਾਨ ਨਹੀਂ ਸੀ ਇਸ ਲਈ ਉਸਨੇ ਜੱਸਾ ਸਿੰਘ ਨੂੰ ਆਪਣਾ ਮਤਵੰਨਾ ਪੁੱਤਰ ਬਣਾ ਲਿਆ ਸੀ ਮਜ਼ੇ ਦੀ ਗੱਲ ਇਹ ਸੀ ਕਿ ਨਵਾਬ ਕਪੂਰ ਸਿੰਘ ਦੇ ਵੀ ਕੋਈ ਬੱਚਾ ਬੱਚੀ ਨਹੀਂ ਸੀ ਉਸ ਦੇ ਮਨ ਵਿੱਚ ਜੱਸਾ ਸਿੰਘ ਨੂੰ ਆਪਣਾ ਮਤਵੰਨਾ ਪੁੱਤਰ ਬਣਾ ਲੈਣ ਦੀ ਇੱਛਾ ਪੈਦਾ ਹੋਈ ਇਹ ਇੱਛਾ ਇੰਨੀ ਤੀਬਰ ਸੀ ਕਿ ਸਭ ਕੁਝ ਜਾਣਦਿਆਂ ਹੋਇਆ ਵੀ ਉਹ ਆਪਣੇ ਆਪ ਨੂੰ ਨਹੀਂ ਰੋਕ ਸਕਤੇ ਬੇਦਬਾਹ ਮਾਂ ਵੱਲ ਦੇਖਦੇ ਹੋਏ ਬੋਲੇ ਭੈਣਾ ਮੈਂ ਇੱਕ ਅਜਿਹੀ ਗੱਲ ਬਾਰੇ ਸੋਚ ਰਿਹਾ ਜਿਸ ਨੂੰ ਕਹਿਣਾ ਤੇਰੇ ਤੇ ਭਾਈ ਬਾਗ ਸਿੰਘ ਨਾਲ ਜਾਤੀ ਹੋਏਗੀ ਪਰ ਮੈਂ ਕਹਿੇ ਬਗੈਰ ਨਹੀਂ ਰਹਿ ਸਕਦਾ ਪਰ ਨਵਾਬ ਤੁਸੀਂ ਆਪਣੀ ਗੱਲ ਬਿਨਾਂ ਸੰਕੋਚ ਕਹੋ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਜੋ ਕੁਝ ਵੀ ਸੋਚਦੇ ਹੋ ਪੰਥ ਦੇ ਹਿੱਤ ਲਈ ਸੋਚਦੇ ਹੋ ਤੁਹਾਤੋਂ ਕਿਸੇ ਨਾਲ ਜਾਗਤੀ ਹੋ ਹੀ ਨਹੀਂ ਸਕਦੀ ਨੌਜਵਾਨ ਨੇ ਵੀ ਆਪਣਾ ਯੁੱਧ ਅਭਿਆਸ ਦਾ ਨਿਤਕਰਮ ਪੂਰਾ ਕਰ ਲਿਆ ਸੀ ਤੇ ਉਹ ਵੀ ਸਤਕਾਰ ਵਜੋਂ ਝੁੱਕ ਕੇ ਨਵਾਬ ਦੇ ਕੋਲ ਆਣ ਖੜਾ ਹੋਇਆ ਨਵਾਬ ਸਾਹਿਬ ਨੇ ਉਸਦੇ ਚੌੜੇ ਮੱਥੇ ਉੱਪਰ ਹੱਥ ਰੱਖਤੀ ਇੱਕ ਨਜ਼ਰ ਬਿਦਵਾ ਮਾਂ ਬਲ ਦੇਖਿਆ ਤੇ ਫਿਰ ਬਾਗ ਸਿੰਘ ਬੰਦ ਦੇਖਿਆ ਕੁਝ ਪਰਮਾਉਨ ਵਿੱਚ ਬੀਤੇ ਸਾਰੇ ਚੁੱਪ ਸਨ। ਵਾਤਾਵਰਨ ਵਿੱਚ ਸਨਮਟਾ ਸੀ। ਭੈਣਾ ਮੈਂ ਚਾਹੁੰਦਾ ਹਾਂ ਨਵਾਬ ਕਪੂਰ ਸਿੰਘ ਨੇ ਤਰਰ ਆਵਾਜ਼ ਵਿੱਚ ਗੰਦ ਸ਼ੁਰੂ ਕੀਤੀ। ਤੇਰੇ ਇਸ ਇੱਕੋ ਇੱਕ ਪੁੱਤਰ ਨੂੰ ਆਪਣੇ ਨਾਂ ਲੈ ਜਾਵਾਂ। ਇਸ ਨੂੰ ਆਪਣਾ ਪੁੱਤਰ ਸਮਝ ਕੇ ਆਪਣੇ ਕੋਲ ਰੱਖਾਂ ਤੇ ਇਸ ਦੀ ਪੜ੍ਹਾਈ ਲਿਖਾਈ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲਵਾਂ। ਮੈਂ ਜਾਣਦਾ ਕਿ ਤੇਰਾ ਦਿਲ ਮਾਂ ਦਾ ਦਿਲ ਹੈ। ਕੀ ਤੂੰ ਇਹ ਤਿਆਗ ਕਰ ਸਕੇਂਗੀ? ਪਰਾ ਨਵਾਬ ਤੁਹਾਡੀ ਗੱਲ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਏ ਅੰਤਾਂ ਦੀ ਖੁਸ਼ੀ ਮਾਂ ਦੀਆਂ ਅੱਖਾਂ ਵਿੱਚ ਅਥਰੂ ਪਰ ਆਏ ਉਸ ਨੇ ਆਪਣਾ ਸੱਜਾ ਹੱਥ ਪੁੱਤਰ ਦੇ ਮੋਢੇ ਉੱਤੇ ਰੱਖਿਆ ਜਿਵੇਂ ਸੰਬੰਧ ਦੀ ਸਹਾਰਾ ਲੈ ਰਹੀ ਹੋਈ ਫਿਰ ਉਹ ਬੋਲੀ ਮੇਰਾ ਬੱਚਾ ਤੁਹਾਡਾ ਬੱਚਾ ਏ ਪੰਥ ਦਾ ਬੱਚਾ ਏ ਉਹ ਤੁਹਾਡੇ ਹੱਥੀ ਪਰਵਾਨ ਚੜੇ ਇਸ ਤੋਂ ਚੰਗੀ ਹੋਰ ਕਿਹੜੀ ਗੱਲ ਹੋ ਸਕਦੀ ਏ ਕਪੂਰ ਸਿੰਘ ਨੌਜਵਾਨ ਜੱਸਾ ਸਿੰਘ ਨੂੰ ਆਪਣੇ ਨਾਲ ਲੈ ਆਏ ਉਸ ਨੂੰ ਅਸਤਰ ਸ਼ਾਸਤਰ ਤੇ ਘੂੜਸਵਾਰੀ ਦੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਤੇ ਨਾਲ ਹੀ ਪੰਥਕ ਪਰੰਪਰਾ ਅਨੁਸਾਰ ਨਿੱਕੇ ਵੱਡੇ ਕੰਮ ਸੌਂਪ ਕੇ ਉਸ ਦੇ ਮਨ ਵਿੱਚ ਸੇਵਾ ਭਾਵ ਵਿਕਸਿਤ ਕੀਤਾ ਸਾਵਣ ਮਹੀਨੇ ਦੀ ਕੋ ਪਨੀਰੀ ਸੀ ਨਹੀਂ ਵਰ ਰਿਹਾ ਸੀ ਨਵਾਬ ਕਪੂਰ ਸਿੰਘ ਨੇ ਕੈਂਪ ਵਿੱਚੋਂ ਕਈ ਵਾਰ ਪੁੱਛਿਆ ਪਹਿਰੇ ਤੇ ਕੌਣ ਹੈ ਹਰ ਵਾਰ ਉੱਤਰ ਮਿਲਿਆ ਜੱਸਾ ਸਿੰਘ ਜੀ ਕਪੂਰ ਸਿੰਘ ਉਸਦੇ ਫਰਜ਼ ਪ੍ਰਤੀ ਪ੍ਰਤੀਬੱਧਤਾ ਨੂੰ ਦੇਖ ਕੇ ਬੜੇ ਖੁਸ਼ ਹੋਏ। ਇਸ ਪਿਛੋਂ ਜੱਸਾ ਸਿੰਘ ਦੇ ਜਿਵੇਂ ਘੋੜਿਆਂ ਦਾ ਰਾਤਵ ਪਸ਼ੂਆਂ ਦੀ ਹਰ ਰੋਜ਼ ਦੀ ਖੁਰਾਕ ਵੰਡਣ ਦਾ ਕੰਮ ਲਾ ਦਿੱਤਾ ਗਿਆ। ਇਹ ਕੰਮ ਦੇਖਣ ਵਿੱਚ ਬੜਾ ਅਨਮੋਲੀ ਸੀ ਪਰ ਬੜਾ ਹੀ ਮਹੱਤਵਪੂਰਨ ਸੀ। ਇਸ ਲਈ ਚੌਕਸੀ ਤੇ ਵਿਹਾਰਕ ਸਮਝਦਾਰੀ ਦੀ ਬੜੀ ਲੋੜ ਸੀ। ਜੱਸਾ ਸਿੰਘ ਦੇ ਪਿਤਾ ਦਿਆਲ ਸਿੰਘ ਉਹਦੇ ਬਚਪਨ ਵਿੱਚ ਹੀ ਚਲ ਬਸੇ ਸਨ। ਵਿਧਵਾ ਮਾਂ ਉਸ ਨੂੰ ਲੈ ਕੇ ਦਿੱਲੀ ਚਲੀ ਗਈ। ਤੇ 10 12 ਮਤਵਰੇ ਮਾਤਾ ਸੁੰਦਰੀ ਦੀ ਸੇਵਾ ਵਿੱਚ ਬਤਾਏ ਸਨ ਪੁੱਤਰ ਦੀ ਪੜ੍ਹਾਈ ਲਿਖਾਈ ਉੱਥੇ ਹੀ ਹੋਈ ਸੀ ਇਸ ਲਈ ਉਰਦੂ ਉਸਦੀ ਬੋਲੀ ਵਿੱਚ ਰਚ ਗਈ ਸੀ ਸਿੱਖ ਸਵਾਰ ਜਦੋਂ ਵੀ ਰਾਤਵ ਲੈ ਕੇ ਆਉਂਦੇ ਤਾਂ ਉਸ ਨੂੰ ਹਮਕੋ ਤੁਮਕੋ ਕਹਿ ਕੇ ਚੜਾਉਂਦੇ ਸਨ ਉਹਨਾਂ ਦੇ ਇੰਝ ਚੜਾਉਣ ਕਰਕੇ ਜੱਸਾ ਸਿੰਘ ਇੰਨਾ ਤੰਗ ਆ ਗਿਆ ਕਿ ਇੱਕ ਦਿਨ ਰੋਂ ਹੱਕਾ ਹੋ ਕੇ ਨਵਾਬ ਕਪੂਰ ਸਿੰਘ ਕੋਲ ਗਿਆ ਤੇ ਬੋਲਿਆ ਮਹਾਰਾਜ ਮੈਥੋਂ ਇਹਨਾਂ ਲੋਕਾਂ ਦੇ ਘੋੜਿਆਂ ਦੀ ਦਾਣਾ ਵੰਡਣੀ ਹੁੰਦੀ ਤੁਸੀਂ ਇਹ ਕੰਮ ਕਿਸੇ ਹੋਰ ਨੂੰ ਦੇ ਦਿਓ ਨਵਾਬ ਕਪੂਰ ਸਿੰਘ ਮੁਸਕਰਾਏ ਤੇ ਉਸ ਦੀ ਪਿੱਠ ਤੇ ਹੱਥ ਪੇਰਤੀ ਹੋਏ ਬੋਲੇ ਪੁੱਤਰ ਗੁਰੂ ਗੋਬੇ ਸਿੰਘ ਜੀ ਦੇ ਪੰਥ ਵਿੱਚ ਸੇਵਾ ਨਾਲ ਹੀ ਮੀਵਾ ਮਿਲਦਾ ਏ ਇਹ ਬੜੇ ਭਲੇ ਲੋਕ ਨੇ ਇਨ੍ਹਾਂ ਮੈਨੂੰ ਪੱਖਾ ਝੱਲਣ ਵਾਲੇ ਸੇਵਾਦਾਰ ਨੂੰ ਝੁੱਕ ਕੇ ਨਵਾਬ ਬਣਾ ਦਿੱਤਾ ਏ ਤੈਨੂੰ ਸ਼ਾਇਦ 바ਰਸ਼ਾ ਬਣਾ ਦੇਣ ਜੱਸਾ ਸਿੰਘ ਸ਼ਾਂਤ ਹੋ ਗਿਆ ਉਹ ਤਨ ਮਨ ਨਾਲ ਪੰਥ ਦੀ ਸੇਵਾ ਕਰਦਾ ਰਿਹਾ ਸਿੱਟਾ ਏ ਕਿ ਉਸਨੇ ਇੰਨਾ ਸਨੇਹ ਤੇ ਸਨਮਾਨ ਪ੍ਰਾਪਤ ਕੀਤਾ ਕਿ ਸਾਰੇ ਉਸਨੂੰ ਬਾਦਸ਼ਾਹ ਕਹਿਣ ਲੱਗ ਪਏ ਤੇ ਮੰਨੇ ਪਰਮੰਨੇ ਸਰਦਾਰਾਂ ਵਿੱਚ ਉਸਦਾ ਦਰਜਾ ਇੰਨਾ ਉੱਚਾ ਹੋ ਗਿਆ ਕਿ ਨਵਾਬ ਕਪੂਰ ਸਿੰਘ ਪਿੱਛੋਂ ਦੂਜਾ ਪਦ ਉਸੇਹਦਾ ਹੀ ਗਿਣਿਆ ਜਾਣ ਲੱਗਿਆ ਜੱਸਾ ਸਿੰਘ ਦਾ ਜਨਮ ਲਾਹੌਰ ਦੇ ਨੇੜੇ ਆਲੂਵਾਲ ਪਿੰਡ ਵਿੱਚ ਹੋਇਆ ਸੀ ਉਸਦੇ ਪਿਤਾ ਸ਼ਰਾਬ ਦਾ ਧੰਦਾ ਕਰਦੇ ਸਨ ਪੰਜਾਬ ਵਿੱਚ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਕਲਾਲ ਕਹਿੰਦੇ ਹਨ ਇੰਜ ਉਹਨਾਂ ਦੀ ਇੱਕ ਵੱਖਰੀ ਜਾਤੀ ਕਲਾਲ ਬਣ ਗਈ ਸੀ ਪਿੰਡ ਦੇ ਨਾਤੀ ਜੱਸਾ ਸਿੰਘ ਨੂੰ ਜੱਸਾ ਸਿੰਘ ਆਲੂਵਾਲੀਆ ਤੇ ਪਿਓ ਦੇ ਪੇਸ਼ੇ ਦੇ ਨਾਤੀ ਜੱਸਾ ਸਿੰਘ ਕਲਾਲ ਕਹਿੰਦੇ ਸਨ ਪਿੱਛੋਂ ਉਹ ਜਿਸ ਮਿਸਲ ਦਾ ਆਗੂ ਬਣਿਆ ਉਸ ਦਾ ਨਾਂ ਵੀ ਆਲੂਵਾਲੀਆ ਮਿਸਲ ਪਿਆ ਇਹੀ ਨਾਮ ਅਸ਼ੂਰ ਉਹ ਜਾਣ ਕਾਰਨ ਹੁਣ ਜਿੰਨੇ ਕਲਾਲ ਹਨ ਉਹ ਆਪਣੇ ਆਪ ਨੂੰ ਆਲੂਵਾਲੀਆ ਲਿਖਦੇ ਹਨ ਦੋ ਢਾਈ ਸਾਲ ਅਮਨ ਰਿਹਾ ਇਸ ਦੌਰਾਨ ਖਾਲਸਾ ਦਲਾਂ ਨੇ ਆਪਣੀ ਸ਼ਕਤੀ ਦਾ ਵਿਸਥਾਰ ਕੀਤਾ ਉਹ ਪੂਰੇ ਪੰਜਾਬ ਵਿੱਚ ਫੈਲ ਗਏ ਸਰੂਨਾ ਦਲ ਦੇ ਘੋੜਿਆਂ ਦੇ ਖੁਰਾਂ ਦੀ ਟਾਪ ਜਮਨਾ ਪਾਰ ਦਿੱਲੀ ਦੇ ਲਾਲ ਕਿਲੇ ਵਿੱਚ ਸੁਣੀ ਜਾਣ ਲੱਗੀ ਇਸ ਨਾਲ ਮੋਗਲ ਹੁਕਮਰਾਨਾਂ ਦੀ ਨੀਂਦ ਹਰਾਮ ਹੋ ਗਈ ਤੇ ਜਸੂਸ ਮੰਡਰਾਉਣ ਲੱਗੇ ਖਾਨ 72 ਜਕਰੀਆ ਖਾਨ ਨੇ ਨਵਾਬ ਕਪੂਰ ਸਿੰਘ ਨੂੰ ਸੁਨੇਹਾ ਕੱਲਿਆ ਕਿ ਤੁਹਾਡੇ ਇਹ ਨੌਜਵਾਨ ਜੇ ਆਪਣਾ ਰਵਈਆ ਬਦਲ ਲੈਣ ਤਾਂ ਮੈਂ ਉਸ ਨੂੰ ਸ਼ਾਹੀ ਫੌਜ ਵਿੱਚ ਭਰਤੀ ਕਰਨ ਲਈ ਤਿਆਰ ਹਾਂ ਉਸਦਾ ਇਹ ਸੁਝਾਅ ਰੱਦ ਕਰ ਦਿੱਤਾ ਗਿਆ ਫਿਰ ਜਕਰੀਆ ਖਾਨ ਨੇ ਦੂਜਾ ਸੁਝਾਅ ਰੱਖਿਆ ਕਿ ਦੇ ਨੌਜਵਾਨ ਅਮਲ ਪਸੰਦ ਵਾਹੀ ਵਾਣ ਬਣ ਕੇ ਪਿੰਡਾਂ ਵਿੱਚ ਵਸਣਾ ਚਾਹੁੰਦੇ ਹਨ ਤਾਂ ਸਰਕਾਰ ਇਹਨਾਂ ਤੋਂ ਲਗਾਨ ਨਹੀਂ ਲਏਗੀ ਇਹ ਸੁਝਾਵੀ ਰੱਦ ਕਰ ਦਿੱਤਾ ਗਿਆ ਉਹਨਾਂ ਸਾਹਮਣੇ ਇੱਕੋ ਟੀਚਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਆਜ਼ਾਦ ਪੰਜਾਬ ਦਾ ਜੋ ਸੁਪਨਾ ਦੇਖਿਆ ਸੀ ਉਸ ਨੂੰ ਸਾਕਾਰ ਕੀਤਾ ਜਾਏ ਅੱਜ ਤੱਕ ਜਿੰਨੀਆਂ ਸ਼ਹੀਦੀਆਂ ਦਿੱਤੀਆਂ ਗਈਆਂ ਸਨ ਉਹ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਹੀ ਦਿੱਤੀਆਂ ਗਈਆਂ ਸਨ ਸੋ ਉਹ ਇਸ ਟੀਚੇ ਨੂੰ ਕਿੰਜ ਛੱਡ ਦਿੰਦੇ ਖਾਨ 72 ਜਕਰੀਆ ਖਾਨ ਨੇ ਸੋਚਿਆ ਸੀ ਕਿ ਉਹ ਲਾਲਚ ਤੇ ਐਸ਼ ਆਰਾਮ ਵਿੱਚ ਪੈ ਕੇ ਸੰਘਰਸ਼ ਤੇ ਵਿਦਰੋਹ ਦਾ ਰਸਤਾ ਛੱਡ ਦੇਣਗੇ ਪਰ ਉਸ ਦਾ ਇਹ ਭਰਮ ਟੁੱਟ ਗਿਆ ਉਸ ਨੇ ਜਗੀਰ ਵਾਪਸ ਲੈ ਲਈ ਤੇ ਨਵਾਬ ਦਾ ਖਿਤਾਬ ਵੀ ਪਰ ਇਸ ਨਾਲ ਕੀ ਹੋਣਾ ਸੀ ਨਵਾਬ ਕਪੂਰ ਸਿੰਘ ਤਾਂ ਫੇਰ ਵੀ ਨਵਾਬ ਬਣੇ ਰਹੇ ਸਿੱਖਾਂ ਦੇ ਦਿਲਾਂ ਦੇ ਨਵਾਬ ਪੂਰੇ ਪੰਥ ਦੇ ਨਵਾਬ ਜਕਰੀਆ ਖਾਨ ਨੇ ਫੇਰ ਆਪਣੀਆਂ ਤੂਪਾਂ ਉਠਾ ਉੱਤੇ ਲੜਵਾ ਦਿੱਤੀਆਂ ਗਸ਼ਤੀ ਫੌਜ ਪਿੰਡ-ਪਿੰਡ ਘੁੰਮਣ ਲੱਗੀ। ਸਿੱਖਾਂ ਨੇ ਵੀ ਆਪਣੀਆਂ ਕਿਰਪਾਨਾਂ ਸਾਨ ਤੇ ਲਾ ਲਈਆਂ ਤੇ ਵਾਤਾਵਰਨ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਦੇ ਨਾਅਰਿਆਂ, ਜੈਕਾਰਿਆਂ ਨਾਲ ਗੂੰਜ ਉੱਠਿਆ। ਉਹ ਫਿਰ ਪਹਾੜਾਂ ਤੇ ਜੰਗਲਾਂ ਵੱਲ ਨਿਕਲ ਗਏ, ਅਰਾਬ ਵਿੱਚ ਪੈਂਦੇ ਸ਼ਹਿਰਾਂ ਤੇ ਕਸਬਿਆਂ ਵਿੱਚ ਛਾਪੇ ਮਾਰਦੇ ਰਹੇ। ਧਨ, ਹਥਿਆਰ ਤੇ ਘੋੜੇ ਲੁੱਟ ਲੈ ਗਏ। ਉਹ ਬਲਾਸਪੁਰ, ਨਾਲਾਗੜ ਤੇ ਸਰਮੂਰ ਦੀਆਂ ਪਹਾੜੀਆਂ ਤੇ ਲੱਖੀ ਜੰਗਲ ਵਿੱਚ ਜਾ ਛੁਪੇ। ਕੁਝ ਬਠਿੰਡੇ ਦੇ ਮੁਕਤਸਰ ਦੇ ਰੇਤਲੇ ਟਿੱਬਿਆਂ ਵਿੱਚ ਕਾਰਜ ਚ ਕਰਾਉਣ ਲੱਗੇ। ਬੁੱਢਾ ਦਲ ਮਾਝੇ ਵੱਲੋਂ ਨਸ ਕੇ ਮਾਲਵੇ ਵਿੱਚ ਚਲਾ ਗਿਆ। ਇੱਥੇ ਦੇ ਕਾਫੀ ਖਿੱਤੇ ਉੱਪਰ ਆਲਾ ਦਾ ਰਾਜ ਸੀ। ਉਸ ਦੀ ਰਾਜਧਾਨੀ ਵਿੱਚ ਬੁੱਢਾ ਦਲ ਦਾ ਨਿੱਘਾ ਸਵਾਗਤ ਕੀਤਾ ਗਿਆ। ਇੰਜ ਉਸ ਦੀ ਆਪਣੀ ਸ਼ਕਤੀ ਵੀ ਵਧੀ ਤੇ ਉਸ ਨੇ ਸਨਾਮ ਤੱਕ ਆਪਣੇ ਰਾਜ ਦਾ ਵਿਸਥਾਰ ਕੀਤਾ। ਅੰਮ੍ਰਿਤਸਰ ਪਹੁੰਚ ਕੇ ਦੀਵਾਲੀ ਮਨਾਉਣ ਲਈ ਬੁੱਢਾ ਦਲ ਫਿਰ ਮਾਝੇ ਵੱਲ ਤੁਰ ਪਿਆ। ਸਫਰ ਖਰਚ ਲਈ ਉਸ ਕੋਲ ਖਾਸੀ ਰਕਮ ਸੀ ਜਦੋਂ ਉਹ ਗੋਇੰਦਵਾਲ ਤੇ ਤਰਨਤਾਰਨ ਲੰਘ ਕੇ ਅੰਮ੍ਰਿਤਸਰ ਤੋਂ ਥੋੜਾ ਕੁ ਦੂਰ ਵਾਸਰ ਕੇ ਵਿਖੇ ਰੁਕੇ ਹੋਏ ਸਨ ਤਾਂ ਦੀਵਾਨ ਲਖਪਤ ਰਾਏ ਨੇ 7000 ਸੈਨਿਕਾਂ ਨਾਲ ਉਸ ਉੱਪਰ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਚੂਣੀਆਂ ਵੱਲ ਭਜਾ ਦਿੱਤਾ ਤਰਨਾ ਦਲ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬੁੱਢਾ ਦਲ ਦੀ ਸਹਾਇਤਾ ਲਈ ਆ ਪਹੁੰਚਿਆ ਇਹਨਾਂ ਦੋਹਾਂ ਦਲਾਂ ਨੇ ਸਾਂਝਾ ਹੱਲਾ ਬੋਲ ਕੇ ਮੁਗਲ ਸੈਨਾ ਦੇ ਚੱਕੀ ਚੋੜ ਆਰਤੀ ਲਖਪਤ رائے ਦਾ ਭਤੀਜਾ ਦੂਣੀ ਜੰਦ ਤੇ ਜਮਾਲ ਖਾਂ ਤੇ ਤਤਾਰ ਖਾਂ ਨਾਂ ਦੇ ਦੋ ਫੌਜਦਾਰ ਵੀ ਖੇਤ ਰਹਿ ਗਏ ਇਸ ਜਿੱਤ ਨੇ ਸਿੱਖਾਂ ਦੇ ਹੌਸਲੇ ਬਲੰਦ ਕਰ ਦਿੱਤੇ ਤੇ ਉਹਨਾਂ ਅੰਮ੍ਰਿਤਸਰ ਤੱਕ ਪੂਰੇ ਇਲਾਕੇ ਨੂੰ ਲੁੱਟ ਲਿਆ ਇਸ ਹਾਰ ਪਿੱਛੋਂ ਸਰਕਾਰ ਆਪਣੀ ਪੂਰੀ ਤਾਕਤ ਨਾਲ ਹਰਕਤ ਵਿੱਚ ਆ ਗਈ ਮੁਗਲ ਸੈਨਾ ਨੇ ਹਰਮੰਦਰ ਸਾਹਿਬ ਉੱਪਰ ਕਬਜ਼ਾ ਕਰ ਲਿਆ ਤੇ ਅੰਮ੍ਰਿਤਸਰ ਪਹੁੰਚਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਸ਼ਤੀ ਫੌਜ ਦੇ ਨਾਲ ਮੁਕੱਤਮਾਂ ਤੇ ਨੰਬਰਦਾਰਾਂ ਨੂੰ ਵੀ ਹਦਾਇਤਾਂ ਕਰ ਦਿੱਤੀਆਂ ਗਈਆਂ ਕਿ ਸਿੱਖਾਂ ਨੂੰ ਫੜ ਫੜ ਕੇ ਲਾਹੌਰ ਭੇਜਣ ਸਿੱਖਾਂ ਨੂੰ ਪਨਾਹ ਦੇਣੀ ਤੇ ਕਿਸੇ ਕਿਸਮ ਦੀ ਮਦਦ ਦੇਣੀ ਅਪਰਾਧ ਐਲਾਨਿਆ ਗਿਆ ਤੇ ਸਿੱਖਾਂ ਦੇ ਸਿਰ ਤੇ ਇਨਾਮ ਦਿੱਤੇ ਜਾਣ ਲੱਗੇ ਹਜ਼ਾਰਾਂ ਸਿੱਖ ਲਾਹੌਰ ਲਿਜਾ ਕੇ ਸ਼ਹੀਦ ਕੀਤੇ ਜਾਣ ਲੱਗੇ ਹਜ਼ਾਰਾਂ ਸਿੱਖ ਸ਼ਹੀਦ ਹੋ ਗਏ ਪਰ ਕਿਸੇ ਨੇ ਵੀ ਧਰਮ ਬਦਲਣਾ ਸਵੀਕਾਰ ਨਹੀਂ ਕੀਤਾ ਕੋਈ ਵੀ ਰੋਇਆ ਜਾਂ ਗਿੜਗੜਾਇਆ ਨਹੀਂ ਬਲਕਿ ਸਾਰਿਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇ ਜੈਕਾਰੇ ਛੱਡਦਿਆਂ ਹਾਸਾ ਹਾਸ ਕੇ ਮੌਤ ਨੂੰ ਗਲੇ ਲਾ ਲਿਆ ਧਰਮ ਪਰਵਰਤਨ ਦਾ ਮਤਲਬ ਸੀ ਮਨੋਬਲ ਤੋੜਨਾ ਸਿੰਘਾਂ ਨੇ ਸ਼ਹੀਦੀਆਂ ਦੇ ਕੇ ਕੌਮ ਦਾ ਮਨੋਬਲ ਕਾਇਮ ਰੱਖਿਆ ਜਕਰੀਆ ਖਾਨ ਦਾ ਜ਼ੁਲਮ ਉਹਨਾਂ ਦੇ ਇਸ ਵਿਸ਼ਵਾਸ ਨੂੰ ਦਲਾਉਣ ਤੋਂ ਅਸਮਰਥ ਰਿਹਾ ਕਿ ਉਹਨਾਂ ਦੀ ਸੰਸਾਰਕ ਸੰਪਤੀ ਨਾਸਵਾਨ ਸ਼ਰੀਰ ਤੇ ਆਤਮਾ ਤੱਕ ਉਹਨਾਂ ਦੀ ਆਪਣੀ ਨਹੀਂ ਗੁਰੂ ਦੀ ਈਮਾਨਤ ਹੈ ਜਿੰਨਾ ਆਪਣਾ ਸਰਵਾਂਸ ਪੰਥ ਉੱਪਰੋਂ ਬਾਰ ਦਿੰਦਾ ਹੈ ਇਸ ਲਈ ਪੰਥ ਖਾਤਰ ਕੀਤੀ ਹਰ ਕੁਰਬਾਨੀ ਸਦਕਾ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਮੋਕਸ਼ ਦਾ ਦਰ ਖੁੱਲਦਾ ਹੈ ਜੋ ਲਰੈ ਦੀਨ ਕੇ ਹੇਤ ਯੁੱਧ ਗੀਤ ਵਿੱਚ ਇਹੀ ਭਾਵਨਾ ਭਰੀ ਹੋਈ ਹੈ ਜਿਸ ਨਾਲ ਆਤਮਿਕ ਬਲ ਪ੍ਰਾਪਤ ਹੁੰਦਾ ਹੈ ਭਾਈ ਮਨੀ ਸਿੰਘ ਸਹਿਜ ਸੁਭਾਅ ਦੇ ਹਰਮਨ ਪਿਆਰੇ ਤੇ ਵਿਦਵਾਨ ਆਦਮੀ ਸਨ ਉਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅਮਰਤ ਛੱਕ ਕੇ ਸਿੱਖ ਸਜਣ ਦਾ ਮਾਣ ਪ੍ਰਾਪਤ ਸੀ। ਉਹ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਨ। ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਲਾਹੌਰ ਪਹੁੰਚਾ ਦਿੱਤਾ ਗਿਆ ਸੀ। ਜਦੋਂ ਉਹਨਾਂ ਧਰਮ ਬਦਲਣ ਤੋਂ ਇਨਕਾਰ ਕੀਤਾ ਸੀ ਤਾਂ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਨਾਲ ਸਿੱਖਾ ਵਿੱਚ ਜ਼ਬਰਦਸਤ ਰੋਸ ਫੈਲ ਗਿਆ। ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਤੇ ਬੰਦਾ ਬਹਾਦਰ ਦੇ ਨਾਲ-ਨਾਲ ਭਾਈ ਮਨੀ ਸਿੰਘ ਜੀ ਦਾ ਨਾਂ ਵੀ ਅਰਦਾਸ ਤੇ ਸ਼ਾਮਿਲ ਹੋ ਗਿਆ ਤੇ ਉਹਨਾਂ ਦੇ ਸ਼ਹਾਦਤ ਦੇ ਜ਼ਿੰਮੇਵਾਰ ਜ਼ਕਰੀਆ ਖਾਨ ਤੇ ਉਸ ਦੇ ਸਹਾਇਕ ਸੈਦ ਖਾਨ ਨੂੰ ਮੌਤ ਦੇ ਘਾਟ ਉਤਾਰਨ ਦਾ ਫੈਸਲਾ ਕਰ ਲਿਆ ਗਿਆ। ਜ਼ਕਰੀਆ ਖਾਨ ਨੇ ਹਰਮੰਦਰ ਸਾਹਿਬ ਉੱਤੇ ਕਬਜ਼ਾ ਕਰਕੇ ਫੌਜਦਾਰ ਰਹਿਮਾਨ ਖਾਨ ਨੂੰ ਤਾਇਨਾਤ ਕਰ ਦਿੱਤਾ ਤਾਂ ਕਿ ਕੋਈ ਸਿੱਖ ਉੱਥੇ ਨਾ ਜਾ ਸਕੇ। ਉਸ ਦਾ ਖਿਆਲ ਸੀ ਕਿ ਹਰਮੰਦਰ ਸਾਹਿਬ ਦੇ ਦਰਸ਼ਨਾਂ ਤੇ ਸਰੋਵਰ ਵਿੱਚ ਇਸ਼ਨਾਨ ਸਦਕਾ ਹੀ ਸਿੱਖਾਂ ਦਾ ਬਲ ਉਤਸ਼ਾਹ ਤੇ ਹੌਸਲਾ ਪ੍ਰਭਲ ਹੁੰਦਾ ਹੈ ਪਰ ਭਾਈ ਕਪੂਰ ਸਿੰਘ ਦੀ ਅਗਵਾਈ ਵਿੱਚ ਸਿੱਖ ਸੂਰਮਿਆਂ ਨੇ ਅਮਰਸਰ ਸਰੋਵਰ ਵਿੱਚ ਟੁੱਬੀ ਲਾਉਣ ਤੇ ਆਪਣੇ ਅਧਿਕਾਰ ਨੂੰ ਬਰਕਰਾਰ ਰੱਖਿਆ ਸਾਹਸੀ ਗੁਰੀਲੇ ਕਦੀ ਪੇਛ ਬਦਲ ਕੇ ਤੇ ਕਦੀ ਖੁੱਲੇ ਆਮ ਆਉਂਦੇ ਤੇ ਸਰੋਵਰ ਵਿੱਚ ਟੁੱਬੀ ਲਾ ਕੇ ਚਲੇ ਜਾਂਦੇ ਇੱਕ ਵਾਰੀ ਮਾਰੀ ਕੰਬੋ ਦਾ ਭਰਾ ਸੁਖਾ ਸਿੰਘ ਤੇ ਭਾਈ ਮਨੀ ਸਿੰਘ ਦਾ ਭਤੀਜਾ ਬਾਜ ਸਿੰਘ ਯਕਦਮ ਆਏ ਸਰੋਵਰ ਵਿੱਚ ਟੁੱਬੀ ਲਾਈ ਤੇ ਆਪਣੇ ਘੋੜਿਆਂ ਉੱਪਰ ਸਵਾਰ ਹੋ ਕੇ ਭੱਜ ਨਿਕਲੇ। ਅਬਦੁਲ ਰਹਿਮਾਨ ਨੇ ਸੋਚਿਆ ਕਿ ਇਹ ਸਿਰਫ ਦੋ ਹੀ ਆਦਮੀ ਹਨ। ਆਪਣੇ ਕੁਝ ਸਿਪਾਹੀਆਂ ਨਾਲ ਉਹਨਾਂ ਦਾ ਪਿੱਛਾ ਕੀਤਾ ਪਰ ਹਰਮੰਦਰ ਸਾਹਿਬ ਦੇ ਬਾਹਰ 4-500 ਸਿੱਖ ਸਵਾਰ ਉਹਨਾਂ ਦੀ ਉਡੀਕ ਕਰ ਰਹੇ ਸਨ। ਸੁਖਾ ਸਿੰਘ ਤੇ ਬਾਜ ਸਿੰਘ ਆਪਣੀ ਇਹਨਾਂ ਸਾਥੀਆਂ ਨਾਲ ਆ ਮਿਲੇ। ਅਬਦੁਲ ਰਹਿਮਾਨ ਨੂੰ ਪਿੱਛੇ ਜਾਣ ਦਾ ਮੌਕਾ ਵੀ ਨਹੀਂ ਮਿਲਿਆ। ਉਹ ਤੇ ਉਸਦੇ ਸੈਨਿਕ ਸਿੱਖਾਂ ਨਾਲ ਉਹੇ ਮੁੱਠ ਪੇੜ ਵਿੱਚ ਮਾਰੇ ਗਏ। ਜਦੋਂ ਜਕਰੀਆ ਖਾਨ ਨੂੰ ਇਸ ਘਟਨਾ ਦੀ ਖਬਰ ਮਿਲੀ ਤਾਂ ਉਸਨੇ ਸੈਯਦ ਖਾਨ ਦੀ ਕਮਾਂਡ ਵਿੱਚ ਇੱਕ ਵੱਡੀ ਸੈਨਾ ਨਵਾਬ ਕਪੂਰ ਸਿੰਘ ਦੀ ਭਾਲ ਵਿੱਚ ਭੇਜ ਦਿੱਤੀ ਸੈਯਦ ਖਾਨ ਦੀ ਇਹ ਆਦਤ ਸੀ ਕਿ ਉਹ ਆਪ ਪਿੱਛੇ ਰਹਿੰਦਾ ਸੀ ਤੇ ਆਪਣੇ ਅਧੀਨ ਅਫਸਰਾਂ ਨੂੰ ਅੱਗੇ ਰੱਖਦਾ ਸੀ ਭਾਈ ਕਪੂਰ ਸਿੰਘ ਨੇ ਇਹੀ ਚਾਲ ਚੱਲੀ ਜਿਸ ਨਾਲ ਖੁਦ ਸੈਯਦ ਖਾਨ ਸਾਹਮਣੇ ਆ ਗਿਆ ਭਾਈ ਕਪੂਰ ਸਿੰਘ ਨੇ ਆਪਣੇ ਗਰੀਲੇ ਸਾਥੀਆਂ ਨੂੰ ਦੋ ਟੁਕੜੀਆਂ ਵਿੱਚ ਵੰਡਿਆ ਇੱਕ ਟੁਕੜੀ ਨੂੰ ਦੁਸ਼ਮਣ ਨਾਲ ਲੜਨ ਲਈ ਭੇਜ ਦਿੱਤਾ ਤੇ ਦੂਜੀ ਟੁਕੜੀ ਜਿਸ ਦੀ ਕਮਾਨ ਉਹ ਆਪ ਕਰ ਰਹੇ ਸਨ ਝਾੜੀਆਂ ਵਿੱਚ ਘਾਤ ਲਾ ਕੇ ਬੈਠ ਗਈ ਕੁਝ ਥਿਰ ਲੜਨ ਤੋਂ ਬਾਅਦ ਪਹਿਲੀ ਟੁਕੜੀ ਨੇ ਸੋਚੀ ਸਮਝੀ ਯੋਜਨਾ ਅਨੁਸਾਰ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਸੈਦ ਖਾਨ ਨੂੰ ਲੱਗਿਆ ਕਿ ਸਿੱਖ ਭੱਜ ਰਹੇ ਨੇ ਤੇ ਉਹ ਜੋਸ਼ ਵਿੱਚ ਆ ਕੇ ਉਹਨਾਂ ਦਾ ਪਿੱਛਾ ਕਰਨ ਲਈ ਅੱਗੇ ਵਧਿਆ ਇਹੀ ਭਾਈ ਕਪੂਰ ਸਿੰਘ ਚਾਹੁੰਦੇ ਸਨ ਉਹਨਾਂ ਦੀ ਕਮਾਨ ਵਿੱਚ ਘਾਤ ਲਾ ਕੇ ਬੈਠੀ ਟੁਕੜੀ ਨੇ ਸੈਦ ਖਾਨ ਆਨਦ ਬੋਚਿਆ ਉਸ ਨੂੰ ਫੜ ਕੇ 4 ਘੋੜਿਆਂ ਪਿੱਛੇ ਬੰਨ ਲਿਆ ਗਿਆ ਘੋੜੀ ਦੌੜਾਏ ਤਾਂ ਸੈਦ ਖਾਨ ਉਹਨਾਂ ਦੇ ਪਿੱਛੇ ਘਸੀਟੇ ਜਾਂਦਾ ਹੋਇਆ ਦਮ ਤੋੜ ਗਿਆ ਇਹ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਬਦਲਾ ਸੀ ਪਰ ਮੁੱਖ ਅਪਰਾਧੀ ਜ਼ਕਰੀਆ ਖਾਨ ਅਜੇ ਵੀ ਜਿਉਂਦਾ ਸੀ ਉਹ ਸਿੱਖਾਂ ਦੇ ਭੈ ਕਾਰਨ ਕਿਲੇ ਵਿੱਚ ਹੀ ਲੁਕਿਆ ਰਹਿੰਦਾ ਸੀ ਤੇ ਬਾਹਰ ਨਿਕਲਣ ਦਾ ਸਾਹਸ ਨਹੀਂ ਸੀ ਕਰਦਾ ਨਵਾਬ ਕਪੂਰ ਸਿੰਘ ਨੇ ਸੂਈਏ ਛੱਡੇ ਵੇ ਸਾਨੂੰ ਜਿਹੜੇ ਉਸ ਦੀਆਂ ਗਤੀਵਿਧੀਆਂ ਦੀ ਖਬਰ ਦਿੰਦੇ ਰਹਿੰਦੇ ਸਨ ਇੱਕ ਵਾਰੀ ਇਹ ਖਬਰ ਆਈ ਕਿ ਜ਼ਕਰੀਆ ਖਾਂ ਸ਼ੁੱਕਰਵਾਰ ਦੀ ਨਿਵਾਜ ਪੜਨ ਲਈ ਲਾਹੌਰ ਦੀ ਸ਼ਾਹੀ ਮਸਜਿਦ ਵਿੱਚ ਜਾਏਗਾ ਨਵਾਬ ਕਪੂਰ ਸਿੰਘ ਨੇ 2000 ਮੰਨੇ ਹੋਏ ਗਰੀਲੇ ਨਾਲ ਲਏ ਉਹ ਸਾਰੇ ਉੱਚ ਵਰਗ ਦੇ ਮੁਸਲਮ ਮਰੀਦਾਂ ਦੇ ਪੇਸ ਵਿੱਚ ਸਨ ਹਰੇ ਰੰਗ ਦੇ ਵਸਤਰ ਲੰਮੇ ਲੰਮੇ Baal ਪਿੱਛੇ ਵੱਲ ਲਹਿਰਾਉਂਦੇ ਹੋਏ ਤੇ ਅੱਗੇ-ਅੱਗੇ ਹੈਦਰੀ ਝੰਡਾ ਉਨਾਂ ਨੇ ਅੱਲਾਹੁ ਅਕਬਰ ਦੇ ਨਾਰੇ ਲਾਉਂਦਿਆਂ ਹੋਇਆ ਸ਼ਹਿਰ ਵਿੱਚ ਪ੍ਰਵੇਸ਼ ਕੀਤਾ। ਸਵਾਪਨਾਲ ਜਕਰੀਆ ਖਾਂ ਬਿਮਾਰ ਹੋ ਗਿਆ ਤੇ ਮਾਜੇਦ ਵਿੱਚ ਨਹੀਂ ਆਇਆ। ਇਸ ਨਾਲ ਸਿੱਖਾਂ ਨੂੰ ਨਿਰਾਸ਼ਾ ਤਾਂ ਜ਼ਰੂਰ ਹੋਈ ਪਰ ਉਹਨਾਂ ਆਪਣਾ ਅਸਲੀ ਰੂਪ ਵੀ ਜ਼ਾਹਿਰ ਕਰ ਦਿੱਤਾ। ਉਹ ਬੋਲੇ ਸੋਨਿਹਾਲ ਸਤਿਸ਼੍ਰੀ ਅਕਾਲ ਦੀ ਜੈਕਾਰੇ ਗਜਾਉਂਦੇ ਸ਼ਹਿਰ ਵਿੱਚੋਂ ਨਿਕਲੇ ਤੇ ਜੰਗਲਾਂ ਵੱਲ ਹੋ ਗਏ। ਇਸ ਪਿੱਛੋਂ ਨਵਾਬ ਕਪੂਰ ਸਿੰਘ ਨੇ ਮਾਲਵੇ ਵੱਲ ਕੂਚ ਕੀਤਾ। ਸਤਲੁਜ ਪਾਰ ਕਰਕੇ ਉਹ ਦਿੱਲੀ ਵੱਲ ਵਧੇ। ਰਾਸਤੇ ਵਿੱਚ ਝੱਜਰ ਦਾਦਰੀ ਪਟੌਂਦੀ ਤੇ ਮੁਗਲ ਫੌਜਦਾਰਾਂ ਤੋਂ ਟੈਕਸ ਵਸੂਲਿਆ ਫਰੀਦাবাদ ਬੱਲਵਗੜ ਤੇ ਗੁਰਦਆਮਾ ਦੇ ਪੂਰੇ ਇਲਾਕਿਆਂ ਨੂੰ ਲੁੱਟਿਆ ਤੇ ਫਿਰ ਜੰਗਲ ਵਿੱਚ ਪਾਪਸ ਪਰਤਾਏ ਇਨ੍ਹਾਂ ਸਾਰੀਆਂ ਮੁਹਿੰਮਾਂ ਵਿੱਚ ਜੱਸਾ ਸਿੰਘ ਆਲੂਵਾਲੀਆ ਨਵਾਬ ਕਪੂਰ ਸਿੰਘ ਦੀ ਸੱਜੀ ਬਾਹ ਸੀ ਉਸ ਦੀ ਉਮਰ ਹੁਣ 18-19 ਵਰਿਆਂ ਦੀ ਸੀ ਕੱਦ 6 ਫੁੱਟ 3 ਇੰਚ ਦਾੜੀ ਮੁੱਛਾਂ ਵੀ ਆ ਗਈਆਂ ਸਨ ਜਿਸ ਕਰਕੇ ਚਿਹਰਾ ਭਰਿਆ ਭਰਿਆ ਲੱਗਣ ਲੱਗ ਪਿਆ ਸੀ ਤੇ ਵਿਅਤੀਤ ਤ ਉਹ ਵਿੱਚ ਵੀ ਨਿਖਾਰ ਆ ਗਿਆ ਸੀ ਉਹ ਜੁੱਤ ਕਲਾ ਵਿੱਚ ਮਾਹਿਰ ਇੱਕ ਕੋਸ਼ਲ ਤੇ ਨੇਦਰ ਯੋद्धा ਬਣ ਚੁੱਕਿਆ ਸੀ ਜਦੋਂ ਇਹ ਸੰਘਰਸ਼ ਚੱਲ ਰਿਹਾ ਸੀ ਉਦੋਂ ਹੀ ਨਾਦਰ ਸ਼ਾਹ ਦਾ ਹਮਲਾ ਹੋਇਆ ਜਕਰੀਆ ਖਾਨ ਨੇ ਦੂਰੀ ਨੀਤੀ ਅਪਣਾਈ ਜਿੱਥੇ ਉਹ ਸਿੱਖਾਂ ਨੂੰ ਮਿਟਾ ਦੇਣ ਤੇ ਤੁਲਿਆ ਹੋਇਆ ਸੀ ਉੱਥੇ ਉਹ ਸਿੱਖਾਂ ਹੱਥੋਂ ਲੁੱਟੇ ਜਾਣ ਵਾਲਿਆਂ ਨੂੰ ਸਹਾਇਤਾ ਵੀ ਦਿੰਦਾ ਸੀ ਤਾਂ ਕਿ ਸਿੱਖਾਂ ਵਿਰੁੱਧ ਉਨ੍ਹਾਂ ਦਾ ਸਹਿਯੋਗ ਪ੍ਰਾਪਤ ਹੋ ਸਕੀ ਜਿਹੜੇ ਲੋਕ ਸਿੱਖਾਂ ਦੇ ਘਰ ਬਰਬਾਦ ਕਰਦੇ ਤੇ ਲੁੱਟਦੇ ਸਨ ਉਹਨਾਂ ਨੂੰ ਲੁੱਟਦਾ ਮਾਲ ਆਪਣੇ ਕੋਲ ਰੱਖਣ ਦੀ ਛੋਟ ਸੀ ਮਤਲਬ ਇਹ ਕਿ ਕਾਨੂੰਨ ਤੇ ਵਿਵਸਥਾ ਸਿੱਖਾਂ ਦੁਆਰਾ ਨਹੀਂ ਖੁਦ ਸਰਕਾਰ ਦੁਆਰਾ ਹੀ ਭੰਗ ਹੋ ਰਹੀ ਸੀ ਅਮਨ ਬਹਾਲ ਹੋਣ ਦੀ ਬਜਾਏ ਅਰਾਜਕਤਾ ਤੇ ਹਿੰਸਾ ਵਧ ਰਹੀ ਸੀ ਖੇਤੀਬਾੜੀ ਵਪਾਰ ਦਸਤਕਾਰੀ ਸਾਰੇ ਤੰਡੇ ਚੌਪਟ ਹੋ ਚੁੱਕੇ ਸਨ ਵਿਦਵਾ ਔਰਤਾਂ ਅਨਾਥ ਬੱਚਿਆਂ ਬੇਰਜਗਾਰੀ ਤੇ ਭੁੱਖ ਮਰਨ ਵਾਲਿਆਂ ਦੀ ਗਿਣਤੀ ਇੰਨੀ ਵੱਧ ਚੁੱਕੀ ਸੀ ਕਿ ਦੇ ਦੇ ਅੱਲਾ ਦੇ ਨਾਮ ਕੁਝ ਦੇ ਦੇ ਬੈਬਾ ਦੀਆਂ ਸਦਾਮਾ ਲਾਉਣ ਵਾਲੀ ਫਕੀਰਾਂ ਭਖਾਰੀਆਂ ਦੀਆਂ ਅਣਗਿਣਤ ਟੋਲੀਆਂ ਇੱਧਰ ਉੱਧਰ ਘੁੰਮਦੀਆਂ ਨਜ਼ਰ ਆਉਂਦੀਆਂ ਇਨ੍ਹਾਂ ਫਕੀਰਾਂ ਤੇ ਭਖਾਰੀਆਂ ਦੇ ਪੇਸ ਵਿੱਚ ਸਿੱਖਾ ਤੇ ਸਰਕਾਰ ਦੇ ਜਸੂਸ ਵੀ ਹੁੰਦੇ ਸਨ ਜਿਹੜੇ ਆਪਣੇ ਆਪਣੇ ਠਿਕਾਣਿਆਂ ਉੱਪਰ ਦੁਸ਼ਮਣਾਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਪਹੁੰਚਾਉਂਦੇ ਸਨ ਜਗਾ ਜਗਾ ਤਕੀਏ ਤੇ ਡੇਰੇ ਬਣ ਗਏ ਸਨ ਜਿੱਥੇ ਕਬੀ ਘਰੇ ਲੋਕਾਂ ਨੂੰ ਠਿਕਾਣਾ ਮਿਲਦਾ ਸੀ ਇਹ ਤਕੀਏ ਤੇ ਡੇਰੇ ਆਮ ਤੌਰ ਤੇ ਸੂਫੀ ਮਤ ਦੇ ਪੈਰੋਕਾਰ ਪੀਰਾ ਫਕੀਰਾਂ ਵੱਲੋਂ ਬਣਾਏ ਗਏ ਸਨ ਜਿਹੜੇ ਦੀਨ ਦੁਖੀਆਂ ਨਾਲ ਸੱਚਮੁੱਚ ਹਮਦਰਦੀ ਕਰਦੇ ਸਨ ਤੇ ਜਿੰਨਾ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਸ਼ਰਧਾ ਵੀ ਸੀ ਉਹ ਇਹਨਾਂ ਤਕੀਆਂ ਤੇ ਡੇਰਿਆਂ ਵਿੱਚ ਸਕੂਲ ਵੀ ਚਲਾਉਂਦੇ ਸਨ ਜਿਨ੍ਹਾਂ ਵਿੱਚ ਅਰਬੀ ਫਾਰਸੀ ਤੇ ਸੂਫੀ ਬਾਤ ਦੀ ਸਿੱਖਿਆ ਦਿੱਤੀ ਜਾਂਦੀ ਸੀ ਇੱਕ ਅਜਾਹੀ ਤਕੀਆ ਅੰਮਰਸਰ ਦੇ ਲਾਹੌਰ ਦੇ ਵਿੱਚਕਾਰ ਵੀ ਸਥਾਪਿਤ ਕੀਤਾ ਗਿਆ ਸੀ ਜਿਸ ਨੂੰ ਮੌਲਵੀ ਜ਼ਹੀਰ ਬਖਸ਼ ਚਲਾਉਂਦੇ ਸਨ ਇਸ ਤਕੀਆ ਵਿੱਚ ਅਰਬੀ ਫਾਰਸੀ ਪੜਾਉਣ ਦੇ ਨਾਲ ਨਾਲ ਯਤੀਮ ਬੱਚਿਆਂ ਦੇ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਵੀ ਸੀ ਇਨ੍ਹਾਂ ਤਕੀਆ ਵਿੱਚ ਉਹਨਾਂ ਹਿੰਦੂ ਜਾਟਾਂ ਤੇ ਸਿੱਖਾਂ ਦੇ ਬੱਚੇ ਵੀ ਸਨ ਜਿਨ੍ਹਾਂ ਦੇ ਘਰ-ਬਾਰ ਉੱਜੜ ਚੁੱਕੇ ਸਨ ਤੇ ਜਿਨ੍ਹਾਂ ਦੇ ਘਰ ਵਾਲੇ ਗਰੀਲਿਆਂ ਨਾਲ ਯਾਰਲੇ ਸਨ ਉਹਨਾਂ ਨੂੰ ਸਾਈ ਜਹੀਰ ਬਖਸ਼ ਭੀਸ ਬਦਲ ਕੇ ਜਸੂਸੀ ਕਰਨ ਦੀ ਸਿੱਖਿਆ ਵੀ ਦਿੰਦੇ ਸਨ ਤੇ ਉਹ ਵੱਡੇ ਹੋ ਕੇ ਗਰੀਲਿਆਂ ਨਾਲ ਯਾਰਲਦੇ ਸਨ ਮੌਲਵੀ ਜਹੀਰ ਬਖਸ਼ ਦਾ ਅਸਲੀ ਨਾਮ ਬਾਬਾ ਕੁਰਬਖਸ਼ ਸਿੰਘ ਸੀ ਉਹ ਲਗਭਗ 70 ਵਰਿਆਂ ਦੇ ਸਨ ਉਹ ਸਿਰਫ ਭੇਕ ਦੇ ਹੀ ਮੁਸਲਮਾਨ ਨਹੀਂ ਸਨ ਬਲਕਿ ਅਰਬੀ ਫਾਰਸੀ ਤੇ ਸੂਫੀ ਬਾਤ ਦੇ ਬਦਵਾਨ ਵੀ ਸਨ ਤੇ ਪੰਜੇ ਵੇਲੇ ਨਮਾਜ਼ ਪੜ੍ਹਦੇ ਸਨ ਤੇ ਕੁਰਾਨ ਸ਼ਰੀਫ ਦੀ ਤਲਾਵਤ ਵੀ ਕਰਦੇ ਸਨ ਉਹਨਾਂ ਉੱਤੇ ਸਿੱਖ ਹੋਣ ਦਾ ਸ਼ੱਕ ਪੈਣ ਦੀ ਬਿਲਕੁਲ ਹੀ ਸੰਭਾਵਨਾ ਨਹੀਂ ਸੀ ਇਸ ਤਰ੍ਹਾਂ ਦੇ 10-12 ਮਕਤਬ ਜਾਂ ਸਕੂਲ ਅਲੱਗ-ਅਲੱਗ ਥਾਵਾਂ ਉੱਪਰ ਹੋਰ ਵੀ ਸਨ ਜਿਨ੍ਹਾਂ ਨੂੰ ਬਾਬਾ ਗੁਰਬਖਸ਼ ਸਿੰਘ ਵਰਗੇ ਚਿੱਤ ਨਗਦੇ ਮੌਲਵੀ ਹੀ ਚਲਾਉਂਦੇ ਸਨ ਉਹਨਾਂ ਵਿੱਚ ਸਿੱਖ ਬੱਚਿਆਂ ਦੀ ਪੜ੍ਹਾਈ ਸਖਲਾਈ ਵੀ ਹੁੰਦੀ ਸੀ ਇਹ ਇੱਕ ਯਾ ਬਚਿੱਤਰਜੋਗ ਸੀ ਜਿਸ ਵਿੱਚ ਇਤਿਹਾਸ ਤੇ ਮਿਥਿਹਾਸ ਦਾ ਅੰਤਰ ਮਿਟ ਗਿਆ ਸੀ ਜਿਸ ਵਿੱਚ ਇਹੋ ਜਿਹੇ ਵਿਅਕਤੀ ਪੈਦਾ ਹੋਏ ਤੇ ਜਈਆਂ ਜਈਆਂ ਕਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਪੜ੍ਹ ਕੇ ਸੁਣ ਕੇ ਅਕਲ ਚਕਰਾਉਣ ਲੱਗ ਪੈਂਦੀ ਹੈ ਇਸ ਯੁੱਗ ਵਿੱਚ ਇੱਕ ਅਜਿਹਾ ਆਦਪੁਤ ਫਕੀਰ ਪੈਦਾ ਹੋਇਆ ਜਿਸਨੇ ਲਾਹੌਰ ਵਿੱਚ ਮੁਜਰਾ ਕਰਨ ਵਾਲੀਆਂ ਬੇਸਵਾਮਾਂ ਦੀ ਚੱਕਰੀ ਕਰਕੇ ਨੱਚਣ ਤੇ ਗਾਉਣ ਦੀ ਕਲਾ ਸਿੱਖੀ ਖੁਦਾ ਨੂੰ ਆਪਣਾ ਪਤੀ ਮੰਨ ਕੇ ਖੁਦ ਉਸਦੀ ਪ੍ਰੇਮਿਕਾ ਬਣ ਗਿਆ ਉਹੋਂ ਮਸਤੀ ਵਿੱਚ ਨੱਚਦਾ ਤੇ ਗਾਉਂਦਾ ਕੀ ਪੁੱਛਦਾ ਏ ਜਾਤ ਸਿਫਾਤ ਮੇਰੀ ਉਹੋ ਆਦਮ ਬਾਰੀ ਜਾਤ ਮੇਰੀ ਮੈਨੂੰ ਇਸ਼ਕ ਹੁਲਾਰੇ ਦੇਂਦਾ ਮੂੰ ਚੜਿਆ ਯਾਰ ਬੁਲੈਂਦਾ ਕਿਤੇ ਸ਼ੀਆ ਹੈ ਕਿਤੇ ਸੁੰਨੀ ਹੈ ਕਿਤੇ ਜਟਾ ਧਾਰੀ ਕਿਤੇ ਮੋਨੀ ਹੈ ਇਹ ਸਭ ਤੋਂ ਫਾਰਗ ਕੰਨੀ ਹੈ ਜੋ ਕਹਾ ਸੋ ਯਾਰ ਮਨੈਂਦਾ ਮੈਨੂੰ ਇਸ਼ਕ ਹੁਲਾਰੇ ਦੇਂਦਾ ਲੋਕ ਉਸਦੇ ਦਿਵਾਲੇ ਇਕੱਠੇ ਹੋ ਜਾਂਦੇ ਉਸੇ ਬਾਗ ਹੀ ਝੂਣਦੇ ਤੇ ਗਾਉਂਦੇ ਧਰਮ ਜਾਤ ਤੇ ਸੰਪਰਦਾਇ ਦਾ ਫਰਕ ਮਿਟ ਜਾਂਦਾ ਸੀ ਜਿਸ ਧਰਤੀ ਉੱਪਰ ਮੌਤ ਮੰਡਰਾ ਰਹੀ ਸੀ ਤੇ ਹਰ ਪਾਸੇ ਆਹਾ ਤੇ ਕਰਾਹਾ ਸੁਣਾਈ ਦਿੰਦੀਆਂ ਸਨ ਉਸੇ ਧਰਤੀ ਉੱਪਰ ਉਹ ਨੱਚਦਾ ਗਾਉਂਦਾ ਤੇ ਜ਼ਿੰਦਗੀ ਦਾ ਜਸ਼ਨ ਮਨਾਉਂਦਾ ਹੋਇਆ ਦਿਖਾਈ ਦਿੰਦਾ ਸੀ ਇਸ ਆਦਬੁੱਤ ਫਕੀਰ ਦਾ ਨਾਂ ਸੀ ਬੁੱਲੇ ਸ਼ਾ ਹਾਜ਼ਰਤ ਬੁੱਲੇ ਸ਼ਾ ਇੱਕ ਮਸ਼ਹੂਰ ਸ਼ਾਇਰ ਜਿਸ ਦੀ ਮੌਤ 1758 ਵਿੱਚ ਹੋ ਗਈ ਵਾਰੂ ਉਸ ਦੀਆਂ ਕਾਫੀਆਂ ਅੱਜ ਵੀ ਜਿਉਂਦੀਆਂ ਨੇ ਜਿਹੜੀਆਂ ਪੰਜਾਬੀ ਸਾਹਿਤ ਦੀ ਗੌਰਵਮਈ ਵਿਰਾਸਤ ਨੇ ਇੱਕ ਕਾਫੀ ਦੇ ਬੋਲ ਨੇ ਇੱਕ ਨੁਕਤੇ ਵਿੱਚ ਗੱਲ ਮੁਕਦੀ ਹੈ ਫਰ ਨੁਕਤਾ ਛੱਡ ਕਿਤਾਬਾਂ ਨੂੰ ਜਦੋਂ ਜਕਰੀਆ ਖਾਨ ਤੇ ਸਿੱਖਾ ਵਿਚਾਲੇ ਮੌਤ ਤੇ ਜ਼ਿੰਦਗੀ ਦਾ ਸੰਘਰਸ਼ ਚੱਲ ਰਿਹਾ ਸੀ ਉਦੋਂ ਹੀ ਨਾਦਰ ਸ਼ਾਹ ਦਾ ਹਮਲਾ ਹੋਇਆ ਸੀ ਇਸ ਨਾਲ ਜੋ ਉਲਟ-ਪੁਲਟ ਹੋਈ ਉਸ ਦਾ ਸਿੱਖਾਂ ਦੀ ਸੰਗਠਿਤ ਸ਼ਕਤੀ ਨੇ ਪੂਰਾ ਲਾਭ ਉਠਾਇਆ ਹੁਣ ਉਹਨਾਂ ਕੋਲ ਨਵਾਬ ਕਪੂਰ ਸਿੰਘ ਬਾਗ ਸਿੰਘ ਤੇ ਜੱਸਾ ਸਿੰਘ ਆਲੂਵਾਲੀਆ ਵਰਗੇ ਯੋਗ ਤੇ ਪ੍ਰਭਾਵਸ਼ਾਲੀ ਨੇਤਾ ਸਨ ਉਹ ਜੰਗਲਾਂ ਤੇ ਪਹਾੜਾਂ ਚੋਂ ਨਿਕਲ ਕੇ ਮੈਦਾਨਾਂ ਵਿੱਚ ਆ ਗਏ ਤੇ ਉਹਨਾਂ ਨੇ ਨਹੌਰ ਤੋਂ ਲੈ ਕੇ ਸਵਾਲਕ ਦੀ ਤਲਹੱਟੀ ਤੱਕ ਤੇ ਰਚਨਾ ਦੁਆਬੇ ਤੋਂ ਬਾਰੀ ਦੁਆਬੇ ਤੱਕ ਦੇ ਪੂਰੇ ਇਲਾਕੇ ਉੱਪਰ ਆਪਣਾ ਕਬਜ਼ਾ ਕਰ ਲਿਆ ਅੰਮ੍ਰਿਤਸਰ ਉਹਨਾਂ ਦਾ ਪ੍ਰਮੁੱਖ ਤੇ ਸਰਵਉੱਚ ਸਥਾਨ ਸੀ ਉੱਥੇ ਉਹਨਾਂ ਰਾਵੀ ਦੇ ਕੰਡੇ ਤੱਲੇਵਾਲ ਦੇ ਸੰਘਣੇ ਜੰਗਲਾਂ ਵਿੱਚ ਕਿਲਾ ਬਣਾਇਆ ਇਸ ਤੇ ਆਸੇ-ਪਾਸੇ ਅੰਨ ਤੇ ਪੱਠੇ தੱਤੇ ਉਗਾਉਣ ਦੀ ਉਪਜਾਊ ਜ਼ਮੀਨ ਸੀ ਜੰਗਲਾਂ ਜਾਂ ਪਹਾੜਾਂ ਵਿੱਚ ਛੁਪਣ ਦੀ ਬਜਾਏ ਹੁਣ ਉਹ ਇਸ ਕਿਲੇ ਵਿੱਚ ਪਨਾਹ ਲੈਂਦੇ ਸਨ ਅਮੀਰਾਂ ਤੇ ਜ਼ਿਮੀਦਾਰਾਂ ਨੂੰ ਲੁੱਟ ਕੇ ਜਿਹੜਾ ਸਮਾਨ ਹੱਥ ਲੱਗਦਾ ਸੀ ਉਸ ਨੂੰ ਇੱਥੇ ਹੀ ਰੱਖਦੇ ਸਨ ਇੱਥੋਂ ਦਾ ਪ੍ਰਬੰਧਕ ਬਾਗ ਸਿੰਘ ਆਲੂਵਾਲੀਆ ਸੀ ਉਸ ਦਾ ਭਾਨਜਾ ਜੱਸਾ ਸਿੰਘ ਆਲੂਵਾਲੀਆ ਜਿਹੜਾ ਸੋਨਾ ਸੁਨੱਖਾ ਸਾਸੀ ਜਵਾਨ ਬਣ ਚੁੱਕਿਆ ਸੀ ਸਾਰੇ ਮਾਮਲਿਆਂ ਵਿੱਚ ਆਪਣੇ ਮਾਮੇ ਦਾ ਸਹਾਇਕ ਤੇ ਸਲਾਹਕਾਰ ਸੀ ਬੁੱਟਾ ਦਲ ਤੇ ਤਰਨਾ ਦਲ ਦੇ ਸਾਰੇ ਜਥੇਦਾਰ ਉਸ ਦੀ ਆਗਿਆ ਦਾ ਪਾਲਣ ਕਰਦੇ ਸਨ ਨਾਦਰ ਸ਼ਾਹ ਦੇ ਹੱਥੋਂ ਮੁਗਲਾਂ ਦੀ ਹਾਰ ਉੱਪਰ ਲੋਕ ਖੁਸ਼ ਸਨ ਸਿੱਖ ਰਾਜ ਨੂੰ ਉਹ ਆਪਣਾ ਰਾਜ ਬਾਕੀ ਕੱਲ ਦੀ ਵੀਡੀਓ ਵਿੱਚ ਜਾਰੀ ਰੱਖਾਂਗੇ ਜੀ ਧੰਨਵਾਦ thank <laughs> you